ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਵਰੁਣ ਅਤੇ ਆਪਾਂ ਆ ਗਏ ਹਾਂ ਵਾਪਸ ਮੇਰੇ ਤੀਜੇ ਵਲੌਗ ਦੇ ਨਾਲ ਐਂਡ ਅੱਜ ਸੀਗਾ ਸੰਡੇ ਅੱਜ ਮੈਂ ਉੱਠਿਆ ਆਰਾਮ ਨਾਲ ਪੂਰਾ ਲੇਟ ਬਿਕੋਜ਼ ਪੂਰੇ ਹਫ਼ਤੇ 4:30 ਵਜੇ ਉੱਠ ਕੇ ਮੇਰੀ ਨੀਂਦ ਪੂਰੀ ਨਹੀਂ ਹੋ ਰਹੀ ਸੀ ਬਿਕੋਜ਼ ਪਹਿਲਾਂ ਕੁਆਰੰਟਾਈਨ ਚੱਲ ਰਿਹਾ ਸੀ ਲੋਕਡਾਊਨ ਚੱਲ ਰਿਹਾ ਸੀ ਤਾਂ ਆਰਾਮ ਨਾਲ ਮੈਂ ਉੱਠ ਰਿਹਾ ਸੀਗਾ 2 ਵਜੇ 3 ਵਜੇ ਸੋ ਅੱਜ ਆਪਾਂ ਫਿਰ ਉਹੀ ਟਾਈਮ ਉੱਠੇ ਹਾਂ ਦੁਪਹਿਰ ਦੇ 2 ਵੱਜ ਗਏ ਨੇ ਅਤੇ ਅੱਜ ਆਪਾਂ ਕਰਨ ਲੱਗੇ ਹਾਂ ਮੇਰੇ ਹੇਅਰ ਕਲਰ ਸੋ ਚਲੋ ਫਿਰ ਮਿਲਦੇ ਹਾਂ ਆਪਾਂ ਫੇਸ ਵਾਸ਼ ਕਰਕੇ ਹੋ ਗਿਆ ਰੈਡੀ ਐਂਡ ਅੱਜ ਆਪਾਂ ਕਰਨ ਲੱਗੇ ਹਾਂ ਕ੍ਰੇਜ਼ੀ ਕਲਰ ਦਾ ਹੌਟ ਪਰਪਲ ਸ਼ੇਡ ਹਾਂਜੀ ਮੈਂ ਆਪਣੇ ਸਾਰੇ ਹੇਅਰਸ ਪਰਪਲ ਕਰਨ ਲੱਗਿਆ ਐਂਡ ਕਲਰ ਮੰਗਵਾਇਆ ਨੂੰ ਕਾਫੀ ਟਾਈਮ ਹੋ ਗਿਆ ਜਦੋਂ ਦੇਖ ਕੇ ਸਾਬ ਤੋਂ ਮੈਂ ਸੀਲ ਵੀ ਨਹੀਂ ਖੋਲੀ ਹੋਈ ਐਂਡ ਅੱਜ ਆਪਾਂ ਵਿਹਲੇ ਸੀ ਸੋ ਸੋਚਿਆ ਅੱਜ ਹੀ ਕਰ ਲੈਂਦੇ ਹਾਂ ਅਤੇ ਬਸ ਹੁਣ ਆਪਾਂ ਇਹਨੂੰ ਨੋਰਮਲ ਜਿਹੇ ਬਾਊਲ 'ਚ ਪਾ ਕੇ ਬਿਕੋਜ਼ ਇਹ ਪਹਿਲਾਂ ਹੀ ਤਿਆਰ ਹੋਇਆ ਹੁੰਦਾ ਆਪਾਂ ਇਹਨੂੰ ਨੋਰਮਲ ਜਿਹੇ ਬਾਊਲ 'ਚ ਪਾ ਕੇ ਔਰ ਸਿੱਧਾ ਆਪਾਂ ਅਪਲਾਈ ਕਰਾਂਗੇ 30-40 ਮਿੰਟ ਤੱਕ ਰੱਖਾਂਗੇ ਉਹ ਤੋਂ ਬਾਅਦ ਦੇਖਦੇ ਹਾਂ ਕੀ ਰਿਜ਼ਲਟ ਆਉਂਦਾ ਚਲੋ ਮਿਲਦੇ ਹਾਂ ਬ੍ਰੱਸ਼ ਨਾਲ ਚੰਗੀ ਤਰ੍ਹਾਂ ਅਪਲਾਈ ਕਰ ਲਿਆ ਸੋ ਇੱਕ ਵਾਰ ਆਪਾਂ ਆਪਣੇ ਲਾਈਕ ਬੇਅਰ ਹੈਂਡ ਨਾਲ ਵੀ ਅੱਛੀ ਤਰ੍ਹਾਂ ਮਸਾਜ ਕਰਾਂਗੇ ਹੈਡ 'ਤੇ ਤਾਂ ਕਿ ਮਤਲਬ ਜੇ ਕੋਈ ਵੀ ਜਗ੍ਹਾ 'ਤੇ ਕਲਰ ਨਹੀਂ ਪਹੁੰਚਿਆ ਤਾਂ ਉੱਥੇ ਪਹੁੰਚ ਜਾਏ ਐਂਡ ਚੰਗੀ ਤਰ੍ਹਾਂ ਅਪਲਾਈ ਹੋ ਜਾਵੇ ਮਤਲਬ ਬਾਅਦ 'ਚ ਇਹ ਨਾ ਹੋਵੇ ਕਿ ਯਾਰ ਥੋੜ੍ਹਾ ਜਿਹਾ ਰਹਿ ਗਿਆ ਐਵੇਂ ਐਵੇਂ ਵੀ ਗੋਨ ਯੂਜ਼ ਸਮ ਮੋਰ ਕਲਰ ਲੈਟਸ ਗੋ ਸੋ ਫਾਈਨਲੀ ਆਪਾਂ ਪੂਰੀ ਚੰਗੀ ਤਰ੍ਹਾਂ ਅਪਲਾਈ ਕਰ ਲਿਆ ਇਟਸ ਟਾਈਮ ਫੋਰ ਦਾ ਫਾਈਨਲ ਟੱਚ ਐਂਡ ਉਹ ਤੋਂ ਬਾਅਦ ਆਪਾਂ 30 ਮਿੰਟਸ ਸੁਕਾਵਾਂਗੇ ਦੈਨ ਵੀ ਵਿਲ ਰਿਮੂਵ ਇਟ ਦੈਨ ਆਪਾਂ ਦੇਖਾਂਗੇ ਕਿ ਰਿਜ਼ਲਟ ਕੀ ਆਇਆ ਓਕੇ ਗਾਇਜ਼ ਐਗਜੈਕਟ 30 ਮਿੰਟਸ ਹੋ ਗਏ ਕੰਪਲੀਟ ਹੁਣ ਆਪਾਂ ਕਰਨ ਲੱਗੇ ਹਾਂ ਵਾਸ਼ ਅਤੇ ਦੇਖਦੇ ਹਾਂ ਕਿ ਕਿਵੇਂ ਦਾ ਰਿਜ਼ਲਟ ਆਇਆ ਬਹੁਤ ਹੀ ਸੋਹਣਾ ਚੜਿਆ ਐਂਡ ਹਜੇ ਵੀ ਮੇਰੇ ਕੋਲ ਜਿਹੜੀ ਬੋਟਲ ਸੀ ਕਲਰ ਦੀ ਉਸ 'ਚ ਇੰਨਾ ਕਲਰ ਪਿਆ ਕਿ ਮੈਂ 3 ਵਾਰ ਹੋਰ ਯੂਜ਼ ਕਰ ਸਕਦਾ ਸੋ ਹਰ ਹਫ਼ਤੇ ਬਾਅਦ ਦੁਬਾਰਾ ਕਰ ਲਵਾਂਗੇ ਐਂਡ ਵਧੀਆ ਚੜਿਆ ਅਤੇ ਆ ਜਿਹੜੀ ਹਲਕੀ ਹਲਕੀ
गोल्डन ब्राउनिश जी शेड आ रही है, मैंने बहुत बढ़िया लगी, इसलिए मैं दोबारा पूरे कंप्लीट ब्लू नहीं करे, जबकि मतलब कलर पर्पल सी बट मेरे हेयर से ब्लू चढ़िया, सो मैनू वधिया लग्या। एंड तुसी भी अपना कमेंट करके जरूर दस्यो कि थोनू ये कलर किवें दा लग्या, पहला वाले नालों वधिया लग्या या पहला वाला ज़्यादा वधिया सी। एंड वीडियो नू लाइक जरूर करियो, सबसक्राइब करना ना भुल्यो। मिलते हैं फिर अगले ब्लॉग 'च।